unforgettable unstoppable and apologetic this is me charu kapoor from punjab amritsar mai <laughs> miss india north da khitab jittya teaching job de naal nal mai chote 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 steps lende re mere waste oh khuraak si gi oh andar da jada toda kalakar hai oh thanu matlab tusi sare band tod ke age aogaye ho ਟਾਇਲ ਫੈਮਲੀ ਸਪੋਰਟਡ ਮੀ ਕਿ ਨਹੀਂ ਹੁਣ ਸਾਰੀ ਦੁਨੀਆ ਸਾਰਾ ਯੂਨੀਵਰਸ ਤੁਹਾਨੂੰ ਆਵਾਜ਼ਾ ਦੇ ਰਿਹਾ ਹੈ ਕਿ ਅੱਗੇ ਵਧੋ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਟੈਲੈਂਟ ਨੂੰ ਜਦੋਂ ਰੈਕੋਗਨਾਈਜ਼ ਕੀਤਾ ਜਾਂਦਾ ਹੈ ਤੇ ਇੱਕ ਤੁਹਾਡਾ ਡ੍ਰੀਮ ਇੱਥੇ ਹੀ ਪੂਰਾ ਹੋ ਜਾਂਦਾ ਹੈ ਖੁਦੀ ਨੂੰ ਕਰ بلند ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ तुझसे ਪੁੱਛੇ ਕਿ ਬੰਦੇ ਤੇਰੀ ਰਜ਼ਾ ਕੀ ਹੈ ਜੇ ਹਿੰਮਤ ਹੈ ਸ਼ੌਕ ਹੈ ਲਗਨ ਹੈ ਜੋ ਕੁਝ ਵੀ ਨਾ ਮੁਮਕਿਨ ਹੈ ਤਾਰੇ ਸਾਹਮਣੇ ਆ ਤੁਸੀਂ ਕਰਕੇ ਦਿਖਾਓ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਖਾਸ ਸ਼ਖਸੀਅਤ ਦੇ ਨਾਲ ਕਰਾਨ ਜਾ ਰਹੇ ਹਾਂ ਉਹ ਸ਼ਖਸੀਅਤ ਜੋ ਕਿ ਟਾਈਮ ਤੇ ਟੀਚਰ ਸਨ ਟੀਚਰ ਤੋਂ ਮਾਡਲਿੰਗ ਚ ਆਏ ਮਾਡਲਿੰਗ ਤੋਂ ਐਕਟਰੈਸ ਬਣੇ ਤਾਂ ਅੱਜ ਦੁਨੀਆ ਦੇ ਵੱਡੇ ਪਲੇਟਫਾਰਮ ਦੇ ਉੱਤੇ ਆਪਣਾ ਨਾਮ ਕਮਾ ਚੁੱਕੇ ਨੇ ਆਖਿਰਕਾਰ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ ਕਿਵੇਂ ਇੱਕ ਟੀਚਰ ਜਿਹੜੀ ਇੱਕ ਲੜਕੀ ਜਿਸ ਤੁਸੀਂ ਕਹਿੰਦੇ ਆ ਕਿ ਸਕੂਲ ਚ ਟੀਚਿੰਗ ਕਰਦੀ ਹੈ ਤਾਂ ਇੱਕ ਐਡੇ ਵੱਡੇ ਪਲੇਟਫਾਰਮ ਦੇ ਉੱਤੇ ਜਾਂਦੀ ਹੈ ਜਿਸ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਚਾਰੂ ਕਪੂਰ ਜੀ ਮੌਜੂਦ ਨੇ ਦੇਨ ਨੂੰ ਤੁਸੀਂ ਇਸ ਵੇਲੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਔਰ ਬਹੁਤ ਸਾਰੇ ਵੱਡੇ ਫੈਸ਼ਨ ਸ਼ੋਜ਼ ਦੇ ਵਿੱਚ ਜਾ ਚੁੱਕੇ ਨੇ ਮਿਸ ਇੰਡੀਆ ਨਾਰਥ ਦਾ ਵੀ ਖਿਤਾਬ ਜਿੱਤ ਚੁੱਕੇ ਨੇ ਤਾਂ ਆਖਿਰਕਾਰ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ ਗੱਲਬਾਤ ਕਰਾਂਗੇ ਤਾਂ ਜਾਣਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਇਸ ਸਫ਼ਰ ਦੀ ਸ਼ੁਰੂਆਤ ਹੋਈ ਥੈਂਕ ਯੂ ਮੈਮ ਆਪਣਾ ਸਮਾਂ ਦੇਣ ਵਾਸਤੇ ਸੋ ਸ਼ੁਰੂਆਤ ਕਰਾਂਗੇ ਕਿ ਤੁਸੀਂ ਦੱਸਿਆ ਕਿ ਮੈਂ ਟੀਚਰ ਸੀ ਤਾਂ ਇੱਕ ਟੀਚਰ ਤੇ ਵੈਸੇ ਹੀ ਬੱਚਿਆਂ ਨੂੰ ਇੱਕ ਮੋਟੀਵੇਟ ਕਰਦੀ ਹੈ ਕਿ ਯਾਰ ਐ ਗਲੈਮਰ ਵਰਲਡ ਤੋਂ ਦੂਰ ਰਹਿ ਉਹ ਤਾਂ ਤੁਸੀਂ ਖੁਦ ਇਸ ਗਲੈਮਰ ਵਰਲਡ 'ਚ ਆ ਗਏ ਜੀ ਜੀ ਅਨਫੋਰਗੇਟੇਬਲ ਅਨਸਟਾਪੇਬਲ ਐਂਡ ਅਪਲੈਜੈਟਿਕ This is me Charu Kapoor from Punjab Amritsar Namaskar Sasrekal and greetings to everyone Dilon khushi ho rahi ji tade channel Great Punjab TV de naal jod ke aur Great Punjab TV di team aur unade sare darshakan lai meri bahut bahut shubhkamna ji ਜੀ ਜਿਵੇਂ ਐਨਐਨਏ ਦੱਸਿਆ ਕਿ ਮੈਂ ਮਿਸ ਇੰਡੀਆ ਨਾਰਥ ਆਮ ਸ਼ੋਅ ਸਟਾਪਰ ਬਾਲੀਵੁੱਡ ਐਂਡ ਪੋਲੀਵੁੱਡ ਸਿਨੇਮਾ ਐਕਟਰ ਟਰੂ ਯੈਸ ਆਮ ਐਜੂਕੇਸ਼ਨਿਸਟ ਸਹੀ ਹੈ ਜੀ ਆਮ ਅ ਸ਼ੋਅ ਸਟਾਪਰ ਫੈਸ਼ਨ ਐਂਡ ਰਨਵੇ ਮਾਡਲ ਇਨਫਲੂਐਂਸਰ ਫ্রম ਪੰਜਾਬ ਅਮਰitsar ਮੈਂ ਵਾਕ ਕੀਤੀ ਸੀ ਜੀ ਹਾਲ ਫਿਲਹਾਲ ਮੈਂ ਜੁੜਿਆ ਐਸ਼ੀਅਨ ਫੈਸ਼ਨ ਟੂਰ ਐਸ਼ੀਅਨ ਫੈਸ਼ਨ ਇੰਟਰਨੈਸ਼ਨਲ ਦੇ ਨਾਲ which is in continuation اور ਮੈਂ 블랙ਪੋਲ ਬ੍ਰਾਂਡ ਲਈ ਸ਼ੋ ਸਟੌਪ ਕੀਤਾ ਹੈ ਜੀ ਐਸ਼ੀਅਨ ਫੈਸ਼ਨ ਟੂਰ ਇਵਨ ਦਾ ਜੋ ਕਿ ਹਿੱਸਾ ਸੇਗਾ اور ਆਈ ਆਈ ਵਾਕਡ ਫॉर ਦਿਸ organized which is organized by the leading lifestyles channel but, that but is but FTV, world. ftv world gf nah, tv oh world oh hi gaya like bahut vadda manch tusi le chukde ho but shuruaat ek teacher to hui aur teacher te kiven teacher tadda vadda safar kis tarah hoya ਐਕਚੁਅਲੀ ਸ਼ੁਰੂਆਤੀ ਤੌਰ ਤੇ ਮੈਂ ਸ਼ੁਰੂ ਤੋਂ ਹੀ ਕਿਉਂਕਿ ਮੇਰੇ ਜੀਨਸ ਚ ਜੀ ਆਈ ਬਿਲੋਂਗ ਟੂ ਆਰਟਿਸਟਿਕ ਫੈਮਿਲੀ ਤੇ ਮੇਰੇ ਫਾਦਰ ਸਾਹਿਬ ਜੀ ਬਾਲੀਵੁੱਡ ਫਿਲਮ ਪਲੇਬੈਕ ਸਿੰਗਰ ਰਹੇ ਨੇ ਔਰ ਉਹ ਸ਼ਾਸਤਰੀ ਗਾਇਕ ਰਹੇ ਨੇ ਪਰ ਮੈਂ ਸਿੰਗਰ ਨਹੀਂ ਬਣ ਸਕੀ ਮੇਰੇ ਜੀਨਸ ਚ ਸੀ ਮੈਂ ਡਾਂਸਰ ਦੇ ਤੌਰ ਤੇ ਮੇਰਾ ਰੁਝਾਨ ਸੀਗਾ ਤੇ ਉਹਨਾਂ ਨੇ ਮੈਨੂੰ ਕਿਉਂਕਿ ਉਹਨਾਂ ਨੂੰ ਇੰਡਸਟਰੀ ਦਾ ਪਤਾ ਜੀ ਕੁੜੀਆਂ ਵਾਸਤੇ ਮਾਹੌਲ ਠੀਕ ਨਹੀਂ ਹੈ ਜੀ ਇੰਡਸਟਰੀ ਤੇ ਜਾਣਾ ਉਹਨਾਂ ਨੇ ਮੈਨੂੰ ਬਿਕਾਜ਼ ਕੰਜ਼ਰਵੇਟਿਵ ਫੈਮਿਲੀਜ਼ ਨੇ ਤੇ ਉਹਨਾਂ ਨੇ ਮੈਨੂੰ ਅਲਾਉ ਨਹੀਂ ਕੀਤਾ ਤੇ ਕਾਲਜ ਤੋਂ ਬਾਅਦ ਜਦੋਂ ਆਈ ਵਾਸ ਪ੍ਰੈਜ਼ੀਡੈਂਟ ਆਫ ਥੀਏਟਰ ਕਲੱਬ ਸ਼ੁਰੂ ਤੋਂ ਹੀ ਪੜ੍ਹਾਈ ਦੇ ਦੌਰਾਨ ਹੀ ਮੇਰਾ ਇੰਟਰਸਟ ਸੀਗਾ ਤੇ ਮੈਂ ਬੈਸਟ ਡਾਂਸਰ ਅਵਾਰਡਡ ਸੀਗੀ ਐਂਡ ਮੈਂ ਕਿਹਾ ਕਿ ਮੈਂ ਹੁਣ ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦੀ ਹੈ ਤੇ ਡੂ ਵਾਟ ਯੂ ਲਵ ਐਂਡ ਵਾਟ ਲਵ ਵਾਟ ਯੂ ਡੂ ਪਰ ਉਹਨਾਂ ਨੇ ਮੈਨੂੰ ਅਲਾਉ ਨਹੀਂ ਕੀਤਾ ਔਰ ਮੈਂ ਉਹਨਾਂ ਦੇ ਆਸ਼ੀਰਵਾਦ ਤੋਂ ਬਿਨਾ ਅੱਗੇ ਨਹੀਂ ਜਾਣਾ ਚਾਹੁੰਦੀ ਸੀ ਉਹਨਾਂ ਨੇ ਕਿਹਾ ਹੋਰ ਵੀ ਐਵੇਨਿਊਜ਼ ਨੇ ਤੁਸੀਂ ਹੋਰ ਕੁਝ ਕੰਮ ਕਰੋ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦੀ ਹੈ ਦੈਨ ਮੈਂ ਫਿਰ ਨੋਬਲ ਕੋਰਸ ਹੈ ਟੀਚਿੰਗ ਇੱਕ ਨੋਬਲ ਜੌਬ ਹੈ ਮੈਂ ਉੱਥੋਂ ਫਿਰ ਆਪਣੀ ਸ਼ੁਰੂਆਤ ਕੀਤੀ ਕਿ ਇੰਡੀਪੈਂਡੈਂਸ ਚਾਹੀਦੀ ਹੈ ਤੇ ਪਰ ਰੂਹ ਦੀ ਤੁਹਾਡੀ ਜਿਹੜੀ ਖੁਰਾਕ ਹੈ ਉਹ ਨਾਲ ਦੇ ਨਾਲ ਮੈਂ ਸਟੈਪਸ ਛੋਟੇ 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 ਸਟੈਪਸ ਲੈਂਦੀ ਰਹੀ ਦੈਟ ਮੈਨੂੰ ਥੀਏਟਰ ਦੇ ਨਾਲ ਜੁੜ ਰਹੀ ਮੈਂ ਮਿਸ ਇੰਡੀਆ ਨਾਰਥ ਦਾ ਖਿਤਾਬ ਜਿੱਤਿਆ ਟੀਚਿੰਗ ਜੌਬ ਦੇ ਨਾਲ ਨਾਲ ਮੈਂ ਛੋਟੇ 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 ਸਟੈਪਸ ਲੈਂਦੀ ਰਹੀ ਮੇਰੇ ਵਾਸਤੇ ਉਹ ਖੁਰਾਕ ਸੀਗੇ ਪਰ ਮੈਂ ਟੀਚਿੰਗ ਜੌਬ ਦੇ ਦੌਰਾਨ ਹੀ ਕੁਝ ਫਿਲਮਾਂ ਦਾ ਸਰਈ ਐਂਡ ਉਹ ਉਸ ਦੇ ਦੌਰਾਨ ਮੈਂ ਇੱਕ ਵੈਬ ਸੀਰੀ ਵੀ ਬਾਲੀਵੁੱਡ ਦੀ ਆਪਣੇ ਹਿੱਸੇ ਕਰ ਚੁੱਕਿਆ ਹਾਂ ਮੈਨੂੰ ਤੁਹਾਨੂੰ ਇੱਕ ਸਵਾਲ ਕਰਨਾ ਪਰ ਟੀਚਰ ਜਿਹੜੀ ਹੁੰਦੀ ਹੈ ਇੱਕ ਤਰ੍ਹਾਂ ਦਾ ਬਿਲਕੁਲ ਮੇਰਾ ਪੁਆਇੰਟ ਹੈ ਹੈ ਕਿ ਬੱਚਿਆਂ ਨੇ ਕਦੀ ਨਹੀਂ ਜੀ ਆਪਣੇ ਮਾਪੇ ਦਾ ਸਤਿਕਾਰ ਕਰੋ ਪੇਰੈਂਟਸ ਦੇ ਨਾਲ ਰਹੋ ਗਲੈਮਰ ਵਰਲਡ ਕੁਝ ਨਹੀਂ ਹੈ ਪੜੋ ਲਿਖੋ ਅੱਗੇ ਵਧੋ ਬਟ ਉਹੀ ਟੀਚਰ ਇੱਕਦਮ ਖੁਦ ਇਸ ਦੁਨੀਆ ਦੇ ਵਿਚ ਆ ਜਾਂਦੇ ਏਸ ਏਕ ਬਹੁਤ ਹੀ ਅੱਛਾ ਸਵਾਲ ਹੈ ਕਿਉਂਕਿ ਟੀਚਿੰਗ ਪ੍ਰੋਟੋਕੋਲਸ ਦੇ ਬਿਲਕੁਲ ਅਗੇਂਸਟ ਹੈ ਇੰਡਸਟਰੀ ਇਸ ਟੂ ਪੈਰਲਲ ਲਾਈਨਸ ਆਪੋਜ਼ਿਟ ਕੁਆਇਟ ਆਪੋਜ਼ਿਟ ਪੈਰਲਲ ਜਾਣਾ ਬਹੁਤ ਮੁਸ਼ਕਲ ਸੀ ਮੇਰੇ ਵਾਸਤੇ ਵੀ ਬਹੁਤ ਮੁਸ਼ਕਲ ਸੀ ਪਰ ਜ਼ਮਾਨਾ ਜਿਸ ਤਰ੍ਹਾਂ ਦਾ ਬਦਲ ਰਿਹਾ ਹੈ ਕਿਉਂਕਿ ਪਰਿਵਰਤਨ ਸੰਸਾਰ ਦਾ ਨਿਯਮ ਹੈ ਤੇ ਮੈਂ ਕਹਾਂਗੀ ਕਿ ਸਾਡੇ ਸਕੂਲਾਂ 'ਚ ਵੀ ਹੁਣ ਟੈਲੈਂਟ ਨੂੰ ਬਹੁਤ ਜ਼ਿਆਦਾ ਪ੍ਰੋਮੋਟ ਕੀਤਾ ਜਾ ਰਿਹਾ ਹੈ ਔਰ ਯੰਗ ਇਨਸਪਾਇਰਿੰਗ ਮਾਈਂਡਸ ਨੂੰ ਮੈਂ ਅਗੇ ਲਿਆਂਦੇ ਹੋਏ ਕਿਉਂਕਿ ਮੈਂ ਜਜਮੈਂਟ ਵੀ ਕੀਤੀ ਰਹੀ ਹੈ ਤੇ ਮੈਂ ਆਪਣੀ ਜਜਮੈਂਟ ਕਿਵੇਂ ਕੀਤੀ ਕਿ ਮੈਂ ਚਾਰੂ ਕਪੂਰ ਇਜ਼ ਨਾਟ ਸੈਟ ਫਾਰ ਦਾ ਟੀਚਿੰਗ ਹਾਂਜੀ ਹਾਂਜੀ क्योंकि क्यों हुआ कि मेनू लगा कि हुन एक सैचुरेशन पॉइंट आ गया है एंड एफ बढिया प्रोजेक्ट्स मेरे को आए बट मैं वो डिक्लाइन कर दे रही क्योंकि एज अ टीचर मैं एक्सेप्ट नहीं से कर पा रही ਫਿਰ ਇੱਕ ਪੁਆਇੰਟ ਆਂਦਾ ਜਦੋਂ ਤੁਹਾਨੂੰ ਲੱਗਦਾ ਯਾਰ ਸਾਰੀ ਉਮਰ ਐ ਤੇ ਨਹੀਂ ਕਰੀ ਜਾਣਾ ਹੁਣ ਐ ਬਹੁਤ ਕਰ ਲਿਆ ਹੁਣ ਬਿਕਾਜ਼ ਆਈ ਹੈਵ ਡੈਡੀਕੇਟਡ ਡਰਮਾਕੇਬਲ イヤਸ ਟੂ ਟੀਚਿੰਗ অর ਯੰਗ ਮਾਈਂਡਸ ਟੂ ਇਨਸਪਾਇਰ ਕਰਦੇ ਕਰਦੇ ਫਿਰ ਮੈਂ ਸੋਚਿਆ ਕਿ ਹੁਣ ਮੈਂ ਆਪਣੇ ਪੈਸ਼ਨ ਨੂੰ ਫੋਲੋ ਕਰਨਾ ਹੈ ਮੈਂ ਬੱਚਿਆਂ ਨੂੰ ਪ੍ਰੋਵੋਕ ਕਰਨੀਆਂ ਇਨਵਾਈਟ ਕਰਨੀਆਂ ਕਿ ਤੁਸੀਂ ਡਾਂਸ ਚ ਅਗਿਆਓ ਤੁਸੀਂ ਐਕਟਿੰਗ ਚ ਅਗਿਆਓ ਮਿਮਿਕਰੀ ਚ ਅਗਿਆਓ ਤੁਸੀਂ ਕਾਮੇਡੀ ਜਨਰ ਕਿੰਨਾ ਅੱਗੇ ਆ ਰਿਹਾ ਹੈ ਤੇ ਉਹਨਾਂ ਨੂੰ ਜਜ ਕਰਦੇ ਕਰਦੇ ਮੈਨੂੰ ਲੱਗਾ ਕਿ ਜੇ ਮੈਂ ਇਹਨਾਂ ਨੂੰ ਪ੍ਰੋਮੋਟ ਕਰ ਰਹੀ ਹਾਂ ਤੇ ਮੈਂ ਆਪਣੇ ਅੰਦਰ ਦੀ ਆਰਟ ਨੂੰ ਆਰਟਿਸਟ ਨੂੰ ਚਾਰੋਂ ਨੂੰ ਕਿ ਕਰਨੀਆ ਹੁਣ ਮੇਰੇ ਕਲੀਗਸ ਜਿਹੜੇ ਨੇ ਉਹ ਵੀ ਮੈਨੂੰ ਕਹਿੰਦੇ ਸੀ ਤੁਸੀਂ ਗਲਤ ਥਾਂ ਤੇ ਹੋ ਤੁਸੀਂ ਅ ਇਸ ਜਗ੍ਹਾ ਵਾਸਤੇ ਨਹੀਂ ਬਣੇ ਹੋ ਤੁਸੀਂ ਜਿਸ ਜਗ੍ਹਾ ਤੇ ਫਿੱਟ ਹੋ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਤੇ ਹਰ ਵੇਲੇ ਯੂਨੀਵਰਸ ਤੋਂ ਮੈਨੂੰ ਇਹ ਆਵਾਜ਼ ਆ ਜਾਂਦੀ ਸੀ ਕਿ ਕੰਟੀਨਿਊ ਵਿਦ ਥੈਟ ਐ ਥੋੜੇ ਵਾਸਤੇ ਜਗ੍ਹਾ ਗਲਤ ਹੈ ਪਰ ਉਹ ਕਰਦੇ 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 ਮੈਨੂੰ ਅ ਅੰਦਰੋਂ ਆਵਾਜ਼ ਆਈ ਜਿਹੜੇ ਪੇਰੈਂਟਸ ਵੀ ਕੰਜ਼ਰਵੇਟਿਵ ਸੀਗੇ ਵੀ ਨਜ਼ਰੀਆ ਬਦਲਾ ਸਮੇਂ ਬਦਲਾ ਪਰ ਫਿਰ ਕੀ ਕਿਹਾ ਜਦੋਂ ਐਪੀਰੀਐਂਸ ਨੂੰ ਗਿਆ ਕਿ ਨਹੀਂ ਬਾਪਾ ਮੈਂ ਉੱਥੇ ਹੀ ਜਾਣਾ ਹਾਂ ਹਾਂਜੀ ਫਿਰ ਉਹਨਾਂ ਨੇ ਦੇਖਿਆ ਕਿ ਆਪਣੇ ਛੋਟੇ ਛੋਟੇ ਕਦਮ ਲੈ ਰਹੀ ਹੈ ਔਰ ਐਨੂ ਮਤਲਬ ਹੁਣ ਰੋਕਿਆ ਨਹੀਂ ਜਾ ਸਕਦਾ ਕਿੰਨਾ ਚਿਰ ਰੋਕ पाओਗੇ ਤੁਸੀਂ ਉਹ ਅੰਦਰ ਦਾ ਜਿਹੜਾ ਤੋੜਾ ਕਲਾਕਾਰ ਹੈ ਉਹ ਤੁਹਾਨੂੰ ਮਤਲਬ ਤੁਸੀਂ ਸਾਰੇ ਬੰਧ ਤੋੜ ਕੇ ਅੱਗੇ ਆਉਗੇ ਆਓਗੇ ਤੁਸੀਂ ਆਪਣੇ ਅੰਦਰ ਦੇ ਕਲਾਕਾਰ ਨੂੰ ਮਰਦੇ ਦੇਖਿਆ ਉਹ ਬਿਲਕੁਲ ਜੀ ਤਾਂ ਉਹ ਫਿਰ ਤੁਸੀਂ ਨਾ ਉਧਰਲਾ ਤੁਹਾਡਾ ਮਤਲਬ 100% ਨਾ ਤੁਸੀਂ ਫਿਰ ਤੁਸੀਂ ਉਧਰ ਦੇ ਪਾਉਂਦੇ ਹੋ ਤੇ ਨਾ ਤੁਸੀਂ ਅਧਰ ਦੇ ਪਾਉਂਦੇ ਹੋ ਤੇ ਮੈਂ ਫਿਰ ਇੱਕ ਪੁਆਇੰਟ ਆਇਆ ਤੇ ਮੈਂ ਕਿਹਾ ਬਸ ਹੁਣ ਇਹਨੂੰ ਵਾਈਂਡ ਅਪ ਕਰਨਿਆ ਹੁਣ ਆਪਣਾ 100% ਐਜ਼ ਅ ਫ੍ਰੀਲਾਂਸਰ ਐਨ ਇਹਨੂੰ ਸ਼ੁਰੂ ਕਰਨਿਆ ਐਂਡ ਇਹ ਮੇਰੇ ਵਾਸਤੇ ਇੱਕ ਮੌਕਾ ਸੀਗਾ ਹੁਣ ਟੂ ਰੀਇਗਨਾਈਟ ਮਾਈ ਸਪਾਰਕ ਐਂਡ ਐਕਸਪਲੋਰ ਨਿਊ ਹੋਰਾਈਜ਼ਨਸ ਤੇ ਇਸ ਕਰਕੇ ਮੈਂ ਹੁਣ ਇਹਨੂੰ ਡਿਸੀਜਨ ਲੈ ਲਿਆ ਕਿਉਂਕਿ ਮੇਰੇ ਪੇਰੈਂਟਸ ਨੇ ਵੀ ਇਜਾਜ਼ਤ ਦਿੱਤੀ ਕਿ ਪੰਖ ਫੈਲਾਓ ਜੀ ਹੁਣ ਤੁਸੀਂ ਹੌਸਲੇ ਉਹਨਾਂ ਨੇ ਮੇਰੇ ਵਧਾਇੇ ਤੇ ਵਨ ਸਟੇ ਗਰਾਉਂਡਡਡ ਔਰ ਇਹ ਆਪਣੇ ਦਿਮਾਗ ਨੂੰ ਸਾਨੂੰ ਪਤਾ ਹੁੰਦਾ ਹੈ ਕਿ ਕਿਹੜਾ ਰਸਤਾ ਫੜਨਾ ਹੈ ਤੁਹਾਨੂੰ ਡਿਫਰੈਂਸ ਪਤਾ ਹੁੰਦਾ ਹੈ ਕਿ ਰਸਤਾ ਕਿਹੜਾ ਸਹੀ ਹੈ ਕਿ ਕਿਤੋਂ ਸ਼ੁਰੂਆਤ ਹੋਈ ਉਸ ਸਫ਼ਰ ਦੀ ਸ਼ੁਰੂਆਤ ਮੈਂ ਅੰਦਰੋਂ ਜਾਗ ਗਿਆ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਕਲਾਕਾਰ ਜਾਗ ਗਿਆ ਤੇ ਉਸ ਕਲਾਕਾਰ ਨੇ ਸ਼ੁਰੂਆਤ ਫਿਰ ਕਿੱਥੋਂ ਕੀਤੀ ਸ਼ੁਰੂਆਤ ਤੇ ਮੇਰੀ ਹੋ ਚੁੱਕੀ ਸੀ ਅੰਡਰ ਦ ਕਾਰਪਟ ਉਹ ਨਾਲ 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 ਜਿਹੜੀ ਚੜਦੀ ਰਹੀ ਉਹ ਮੇਰੇ ਜਿਹੜੀ ਉਚਾਈਆਂ ਮੈਨੂੰ ਮਿਲਿਆ ਮੈਨੂੰ ਹੌਸਲੇ ਮੈਨੂੰ ਮਿਲੇ ਮੈਨੂੰ ਜਿਹੜੀ ਅਚੀਵਮੈਂਟਸ ਮਿਲੀਆਂ ਉਹਨਾਂ ਕਰਕੇ ਮੇਰੇ ਵੀ ਹੌਸਲੇ ਵਧੇ ਤੇ ਮੇਰੇ ਪੇਰੈਂਟਸ ਦੇ ਵੀ ਹੌਸਲੇ ਵਧੇ ਤੇ ਉਹਨਾਂ ਨੇ ਮੈਨੂੰ ਫਿਰ ਐਨਟਾਇਰ ਫੈਮਿਲੀ ਸਪੋਰਟਡ ਮੀ ਕਿ ਨਹੀਂ ਹੁਣ ਸਾਰੀ ਦੁਨੀਆ ਸਾਰਾ ਯੂਨੀਵਰਸ ਤੁਹਾਨੂੰ ਆਵਾਜ਼ਾ ਦੇ ਰਿਹਾ ਹੈ ਕਿ ਅੱਗੇ ਵਧੋ ਦੈਨ ਸਟਾਰਟ ਕਿੱਥੋਂ ਆ ਫਿਰ ਬਾਲੀਵੁੱਡ ਤੱਕੇ ਮੈਂ ਪਹੁੰਚੀ ਬਾਲੀਵੁੱਡ ਦਾ ਜੀ ਇਹ ਹੋਇਆ ਕਿ ਟੀਚਿੰਗ ਕਰਦੇ ਕਰਦੇ ਮੈਨੂੰ ਉੜਦਾ ਪੰਜਾਬ ਦੀ ਵੀ ਆਫਰ ਆਈ ਸੀਗੀ ਔਰ ਮੇਰੇ ਪ੍ਰਿੰਸੀਪਲ ਮੇਰੇ ਸਾਰੇ ਜਿਹਨੇ ਜਿਹਨੇ ਵੀ ਕਲੀਕਸ ਮੇਰੇ ਕਰਦੇ ਮੈਂਬਰਸ ਨੇ ਉਹ بڑے ਖੁਰਸੇਗੇ ਉੱਥੇ ਬਲਕਿ ਰਿਜ਼ਲਟ ਦਾ ਟਾਈਮ ਸੀਗਾ ਜਿਸ ਟਾਈਮ ਤੇ ਬਿਲਕੁਲ ਅਲਾਉ ਨਹੀਂ ਕਰਦੇ ਤੁਹਾਡੇ ਰਿਜ਼ਲਟ ਕਾਰਡ ਤੁਸੀਂ ਪੈਨਟੀ ਬੈਂਚ ਲੈ ਕੇ ਜਾਓ ਉੱਥੋਂ ਉਹਨਾਂ ਨੇ ਬੜਾ ਸਪੋਰਟ ਕੀਤਾ ਉਹਨਾਂ ਨੇ ਕਿਹਾ ਤੁਸੀਂ ਜੇ ਸਾਡੇ ਗੋਲ ਸਕੂਲ 'ਚ ਚੜ ਜਾਓ ਤੁਸੀਂ ਆਪਣਾ ਪੂਰੀ ਕਲਾ ਨਿਭਾਓ ਐਂ ਜਾਓ ਅੱਗੇ ਵੱਧੋ ਕਿਹ ਕਿਹੜੀ ਫਿਲਮ ਕੀਤੀ ਸੀ ਅ ਮੈਂ ਕਿਤੇ ਜੀ ਪਹਿਲਾਂ ਤਾਂ ਮੇਰੇ ਹਿੱਸੇ ਸੀ ਇਰਫਾਨ ਖਾਨ ਦੀ ਇੰਟਰਨੈਸ਼ਨਲ ਪ੍ਰੋਜੈਕਟਸ ਸੀਨ ਦੋ ਜਰਮਨ ਦੈਟ ਵਾਸ ਪ੍ਰੋਡਕਸ਼ਨ ਔਰ ਉਹ ਕਿੱਸਾ ਉਸ ਤੋਂ ਨਾਲ-ਨਾਲ ਪਿਚਰਸ ਲਾਈਕ ਆਰਐਸਵੀਪੀ ਰੋਂਦੇ ਸਾਰੇ ਵਿਆ ਪਿਛੋਂ ਬਹੁਤ ਫੇਮਸ ਹੈ ਐਂਡ ਮੈਨੀ ਆਦਰਸ ਟੂ ਐਮਬੀਏ ਹਿੰਦੀ ਮੂਵੀ ਸੀਗੀ ਕੁਲਚੇ ਛੋਲੇ ਚ ਬਹੁਤ ਰੈਕਗਨਾਈਜ਼ ਕਰਦੇ ਮੈਨੂੰ ਲੋਕੀ ਜਦੋਂ ਵੀ ਆਮ ਜਨਤਾ ਮਿਲਦੀ ਹੈ ਉਹ ਮੈਨੂੰ ਪਹਿਲੇ ਪਛਾਣ ਜਾਂਦੇ ਅਸੀਂ ਤੁਹਾਨੂੰ ਉੱਥੇ ਦੇਖਿਆ ਹੋਇਆ ਐਂਡ ਪੱਜੋ ਵੀਰੋਵੇ देयर आर ਮੈਨੀ ਆਦਰਸ ਦੈਨ ਇੱਕ ਵੈਬ ਸੀਰੀਏ ਵੀ ਮੈਂ ਆਪਣੇ ਹਿੱਸੇ ਕੀਤੀ ਹੈ ਜੀ ਤੁਸੀਂ ਮੈਨੂੰ ਦੇਖ ਸਕਦੇ ਹੋ ਪ੍ਰਾਈਮ ਵੀਡੀਓ ਤੇ ਫੋਰਮਰ ਸ਼ਾਰਟਸ ਪਲੀਜ਼ ਸੀਜ਼ਨ 3 ਫਰਸਟ ਐਪੀਸੋਡ ਤੇ ਕਰੰਟਲੀ ਮੈਂ ਜੁੜੀਆਂ ਜੀ Netflix ਦੇ ਲਈ ਆਈ ਐਮ ਡੂਇੰਗ ਅ ਲੀਡ ਰੋਲ ਤੁਸੀਂ ਮੈਨੂੰ ਵੈਰੀ ਸੂਨ ਯੂ ਵਿਲ ਸੀ ਮੀ देयर ਇਟਸ ਅ ਬਾਲੀਵੁੱਡ ਵੈਬ ਸੀਰੀ ਤੇ ਮੈਨੂੰ ਲੱਗਦਾ ਹੈ OTT ਦੇ ਨਾਲ ਅੱਜ ਐਕਟਰਸ ਨੂੰ ਜ਼ਿਆਦਾ ਅਫਸਰ ਮਿਲ ਰਹੇ ਨੇ ਔਰ ਇੱਕ ਸਪੇਸ ਮਿਲ ਰਹਾ ਟੂ ਕੋਐਗਜ਼ਿਸਟ। ਦ ਫੈਸ਼ਨ ਟੀਵੀ ਨਾਲ ੜੁੰਦਾ ਮੌਕਾ ਕਿਸ ਤਰ੍ਹਾਂ ਮਿਲਿਆ? ਹਾਂ ਜੀ ਇਹ ਮੈਨੂੰ ਨਿਮੰਤਰਣ ਆਇਆ ਬਿਕਾਜ਼ ਆਈ ਬਿਲੀਵ ਕਿ ਮੇਰਾ ਪ੍ਰੋਫਾਈਲ ਹਨਾ ਅਪਲਿਫਟ ਹੋ ਗਿਆ ਸੀਗਾ ਤੇ ਉਹ ਜਦੋਂ ਮੇਰਾ ਪ੍ਰੋਫਾਈਲ ਬਿਕਾਜ਼ ਵਿਚਾਰਾ ਚਲੋ ਕਿ ਫਿਲਮ ਇੰਡਸਟਰੀ ਚੋ ਅਪਰੋਚ ਕਰ ਲੈਂਦੇ ਨੇ ਜਿਵੇਂ ਕਿ ਤੁਸੀਂ ਹੁਣ ਮੈਨੂੰ ਕੰਟੈਕਟ ਕੀਤਾ ਤੇ ਉਸ ਦੌਰਾਨ ਮੈਂ ਤੁਹਾਨੂੰ ਹੋਲਡ ਕਰ ਪਾਈ ਕਿ ਬਿਕਾਜ਼ ਮੇਰਾ ਇੱਕ ਸ਼ੋ ਸੀ ਡੇਲੀ ਮੀਡੀਆ ਵਾਲੇ ਵੀ ਮੈਨੂੰ ਇੰਟਰਵਿਊ ਵਾਸਤੇ ਬੁਲਾ ਰਹੇ ਸੀ ਕਿ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਮੇਰਾ ਸ਼ੋ ਹੋ ਗਿਆ ਬਿਕਾਜ਼ ਆਈ 3 ਅਗਸਟ ਨੂੰ ਸ਼ੋ ਹੋ ਸੇਗਾ। ਓ ਜੋ ਸੀਗਾ ਏਸ਼ੀਅਨ ਇੰਟਰਨੈਸ਼ਨਲ ਫੈਸ਼ਨ ਇੰਟਰਨੈਸ਼ਨਲ ਦਾ ਤੋ ਇਟ ਹੈਡ ਗਾਟ ਔਨ ਹੋਲਡ ਫਾਰ ਸਮ ਰੀਜ਼ਨਸ ਆ ਡੋਨਟ ਨੋ ਬਟ ਉਹ ਕੁਝ ਡਿਊ ਕੋਰਸ ਆਫ ਟਾਈਮ ਵਾਸੇ ਹੋਲਡ ਲਗਾ ਤਾ ਹੁਣ ਉਹਨਾਂ ਨੂੰ ਹੋਲਡ ਕੀਤਾ ਮੈਨੂੰ ਖੁਸ਼ਕਿਸਮਤ ਵੀ ਹੈ ਕਿ ਮੈਂ ਗ੍ਰੇਟ ਪੰਜਾਬ ਟੀਵੀ ਦੇ ਦਰਸ਼ਕਾਂ ਨਾਲ ਜੁੜੀ ਅੰਮ੍ਰਿਤਸਰ ਚਾਹਜ ਔਰ ਤੁਹਾਡੇ ਨਾਲ ਗੱਲਬਾਤ ਕਰ ਰਹੀਆਂ ਹਿਅਰ ਮਾਫ ਕੀ ਜਿਏਗਾ ਆ ਕੁਇਕ ਸਨੀਕ ਪੀਕ ਵਿਦ ਆਰ ਆਡੀਅנס ਜੇ ਤੁਹਾਨੂੰ ਸਾਡੀ ਗੱਲਬਾਤ ਪਸੰਦ ਆ ਰਹੀ ਇੰਟਰਸਟਿੰਗ ਫੀਲ ਹੋ ਰਹੀ ਹੈ ਤੇ ਮੈਂ ਚਾਹਾਂਗੀ ਕਿ ਤੁਸੀਂ ਮੈਨੂੰ ਸਰਚ ਕਰੋ YouTube Google ਔਰ ਖਾਸ ਤੌਰ ਤੇ Instagram ਤੇ ਬਾਈ ਮਾਈ ਨੇਮ ਓਲੀ ਕੁਝ ਪ੍ਰੀਫਿਕਸ ਨਹੀਂ ਕਰਨਾ ਕੁਝ ਲਿਖਣਾ ਨਹੀਂ ਹੈ ਕੋਈ ਨੰਬਰ ਨਹੀਂ ਕੁਝ ਨਹੀਂ ਹੈ ਸ਼ਾਹਰੂ ਕਪੂਰ ਔਰ ਮੈਂ ਆਪਣੇ ਨੇਮ ਚ ਫਰਸਟ ਨੇਮ ਲਾਸਟ ਨੇਮ U ਅਲਫਾਬੈਟ ਨਹੀਂ ਯੂਜ਼ ਕਰਦੀ ਪਲੀਜ਼ ਰਿਮੈਂਬਰ ਇਟਸ ਡਬਲ O C H A R O O ਸ਼ਾਹਰੂ K A P O O R ਕਪੂਰ ਐਂਡ ਮੈਨ ਰਿਸਰਚ ਕਰਾਂ ਤਾਂ ਬਾਤ ਤੁਸੀਂ ਮੈਨੂੰ ਫੋਲੋ ਵੀ ਕਰ ਸਕਦੇ ਹੋ ਇੰਸਟਾਗ੍ਰam ਤੇ by charu kapoor c h a r u k a p o o r ਔਰ ਮੈਂ ਚਾਹਾਂਗੀ ਕਿ ਤੁਹਾਡੇ ਚਾਨਵਲੇ ਜੰਨੇ ਨੇ ਗ੍ਰੇਟ ਪੰਜਾਬੀ ਟੀਵੀ ਦੇ ਤੇ ਮੈਂ ਤੁਹਾਡੇ ਵੀਅਰਸ ਦੇ ਨਾਲ ਵੀ ਛੇਤੀ ਛੇਤੀ ਕਨੈਕਟ ਹੋਆ ਐਂਡ ਆਈ ਵੁੱਡ ਲਵ ਟੂ ਇੰਟਰੈਕਟ ਵਿਦ 올 ਆਫ ਯੂ ਸੋ ਸਾਡੀ ਗੱਲਬਾਤ ਜਾਰੀ ਕਰਦੇ ਹਾਂ ਬਿਲਕੁਲ ਆ ਫਿਰ ਐਫ ਟੀਵੀ ਜਰਾ ਫੈਸ਼ਨ ਟੀਵੀ ਬਹੁਤ ਬੋੜਾ ਟੀਵੀ ਉੱਥੇ ਪਹੁੰਚੇ ਤਾਂ ਫਿਰ ਕਿਦਾਂ ਦਾ ਲੱਗੇ ਉਹ ਇਟਸ ਐਨ ਅਮੇਜ਼ਿੰਗ ਐਕਸਪੀਰੀਅੰਸ ਸਰ ਮੈਂ ਦੱਸ ਨਹੀਂ ਸਕਦੀ ਮੈਂ ਜਦੋਂ ਉੱਥੇ ਬਹੁਤ ਵੱਡੇ ਵੱਡੇ ਇੱਕ ਟਵਿਸ ਕਿੰਕ ਤਾਂ ਬਾਲੀਵੁੱਡ ਇੰਡਸਟਰੀ ਪਿਕਚਰਸ ਕਰ ਰਹੇ تھے एकदम ਫੇਰ ਕਰਕੇ ਉਹਨਾਂ ਨੇ ਹਾਂ ਜੀ ਇੱਕ ਵੋਡ ਆ ਗਿਆ ਕਿ ਲਾਈਫ ਦੇ ਵਿੱਚ ਕਿ ਮੋਡਲਿੰਗ ਚ ਬਿਲਕੁਲ ਉਹ ਐਸੇ ਕਰਕੇ ਕਿਉਂਕਿ ਪ੍ਰੋਫਾਈਲ ਇਹਨੇ ਆச்சா ਅਪਲਿਫਟ ਹੋਇਆ ਹੈ ਐਂਡ ਦੇ ਸੇ ਕਿ ਇਟਸ ਅ ਸੱਚ ਸੁਪਰ ਪ੍ਰੋਫਾਈਲ ਕਿਉਂਕਿ ਉਹ ਐਕਟਰਸ ਦੀ ਇੱਕ ਪ੍ਰੋਫਾਈਲ ਜਿਹੜੀ ਬਣ ਜਾਂਦੀ ਹੈ ਮਿਸ ਇੰਡੀਆ ਨਾਰਥ ਕਰਕੇ ਕਿਉਂਕਿ ਮੈਂ ਮੇਰੇ ਨਾ ਹੋਡਿੰਗਸ ਵੜੇ ਲੱਗੇ ਵੱਖ-ਵੱਖ ਸ਼ਾਇਰ ਚ ਫॉर ਜਜਿੰਗ ਮਿਸ ਇੰਡੀਆ ਨਾਰਥ ਮਿਸਟਰ ਇੰਡੀਆ ਨਾਰਥ ਮਿਸਿਸ ਇੰਡੀਆ ਨਾਰਥ ਮਿਸ ਪੰਜਾਬਨ ਤੇ ਬੜਾ ਇਟ ਫੀਲਸ ਗ੍ਰੇਟ ਕਿ ਤੁਸੀਂ ਕਿਸੇ ਲਾਈਫ ਨੂੰ ਇਨਸਪਾਇਰ ਕਰ ਸਕੋ ਕਿ ਤੁਸੀਂ ਕਿਸੇ ਦੇ ਲਾਈਫ ਚ ਮਕਸਦ ਨੂੰ ਮਜ਼ਬੂਤੀ ਦੇ ਸਕੋ ਤੇ ਇੱਕ ਬੜਾ ਅੱਛਾ ਲੱਗਦਾ ਤੇ ਉਹਨਾਂ ਨੂੰ ਮੇਰਾ ਪ੍ਰੋਫਾਈਲ ਪਹੁੰਚਿਆ ਔਰ ਉੱਥੇ ਵੱਡੇ ਵੱਡੇ ਸੈਲੀਬ੍ਰਿਟੀਜ਼ ਆਉਂਦੇ ਸ਼ੋਅ ਸਟਾਪ ਵਸਤੇ ਦੀ ਰੈਂਪ ਤੇ ਚੱਲੇ ਉਹ ਇਟ ਵਾਸ ਲਾਈਕ ਅ ਡ੍ਰੀਮ ਕਮ ਟਰੂ ਆਈ ਵਾਸ ਲਾਈਕ ਔਨ ਨਾਈਨਥ ਕਲਾਉਡ ਔਰ ਮੈਨੂੰ ਉਹਨਾਂ ਨੇ ਦੇਖਿਆ ਕਿ ਯੂ ਆਰ ਅ ਕਲਾਸ ਯੂ ਆਰ ਅ ਪ੍ਰੀਮੀਅਮ ਔਰ ਅੰਦਾਜ਼ਾ ਨਹੀਂ ਮੈਂ ਲਗਾ ਸਕਦੀ ਸੀ ਕਿ ਇਹਨਾਂ ਅੱਛਾ ਰਿਸਪੌਂਸ ਆਏਗਾ देयर एवरीबॉडी ਸਟਾਰਟਡ ਇੰਟਰਵਿਊਇੰਗ ਮੀ ਲੋਕੀ ਆਟੋਗ੍ਰਾਫ ਦੀ ਬਜਾਏ ਫੋਟੋਗ੍ਰਾਫਸ ਲੈ ਰਹੇ ਸੀਗੇ ਐਂਡ ਕਾਫੀ ਮੌਬ ਸੀਗਾ ਕਾਫੀ ਮੀਡੀਆ ਸੀਗੀ ਉੱਥੇ ਹੁਣ ਮੈਨੂੰ ਮੁੰਬਈ ਜਿਹੜਾ ਹੈ ਮੀਡੀਆ ਉੱਥੋਂ ਵੀ ਕਾਲਸ ਆ ਰਹੇ ਨੇ ਇੰਟਰਵਿਊ ਵਾਸਤੇ ਐਂਡ ਆਮ ਗੈਟਿੰਗ ਅਬ ਹਿਊਜ ਰਿਸਪੌਂਸ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਟੈਲੈਂਟ ਨੂੰ ਜਦੋਂ ਰੈਕੋਗਨਾਈਜ਼ ਕੀਤਾ ਜਾਂਦਾ ਹੈ ਤੇ ਇੱਕ ਤੁਹਾਡਾ ਡ੍ਰੀਮ ਇੱਥੇ ਹੀ ਪੂਰਾ ਹੋ ਜਾਂਦਾ ਹੈ ਕਿ ਇਹ ਛੋਟੀ ਛੋਟੀ ਅਚੀਵਮੈਂਟਸ ਕਰਕੇ ਤੁਸੀਂ ਆਪਣਾ ਪ੍ਰੋਫਾਈਲ ਵਧਾਤਾ ਹੈ ਕਿ ਹੁਣ ਦੁਨੀਆ ਤੁਹਾਨੂੰ ਕਾਲ ਕਰ ਰਹੀ ਹੈ ਮੈਨੂੰ ਕਿਸੇ ਨੂੰ ਕਾਲ ਨਹੀਂ ਕਰਨੀ ਪੈਂਦੀ ਹੈਗੀ ਬਹੁਤ ساری ਚਾਰੂ ਕਪੂਰ ਹੋਰ ਵੀ ਦਿੱਤਰੀ ਅੱਛਾ ਜਿਹਨਾਂ ਨੂੰ ਪੰਖ ਨਹੀਂ ਲੱਗੇ ਕੋਈ ਮੈਂ ਕੁਝ ਵਰਡਸ ਦੇ ਰੇ ਤੁਹਾਡੀ ਇੰਟਰਵਿਊ ਚੋਂ ਲੈ ਰਿਹਾ ਚਾਰੂ ਕਪੂਰ ਪੰਖ ਦੂਸਰਾ ਵਰਡ ਤੁਹਾਡਾ ਪੰਖ ਆਇਆ ਸੀ ਤਾਂ ਉਡਾਨ ਅੰਦਰ ਦਾ ਆਰਟਿਸਟ ਇਹਨਾਂ ਤੇ ਮੈਂ ਤੁਹਾਡਾ ਕੋ ਜਵਾਬ ਲੈਣਾ ਚਾਹੁੰਦਾ ਹਰ ਵੀ ਬਾਕੀ ਕੁੜੀਆਂ ਨੇ ਬਿਲਕੁਲ ਬਿਲਕੁਲ ਮੈਂ ਇਹ ਕਹਿਣਾ ਚਾਹਾਂਗੀ ਮੈਂ ਕਦੀ ਵੀ ਆਪਣੇ ਪਿਤਾ ਜੀ ਦੇ ਰੈਫਰੈਂਸ ਨੇ ਲੇਤੀ ਬੇਸ਼ੱਕ ਇਹ ਇੰਡਸਟਰੀ ਹੋਵੇ ਜਾਂ ਕਦੀ ਕਿਤੇ ਜੌਬ ਕੀਤੀ ਹੋਵੇ ਐਸ ਟੀਚਰ ਮੈਂ ਕਦੀ ਵੀ ਮੈਂ ਸਮਝਦੀ ਹਾਂ ਮੈਂ ਆਪਣੀ ਰੈਫਰੈਂਸ ਆਪਾਂ ਮੈਂ ਕੁੜੀਆਂ ਨੂੰ ਮੁੰਡਿਆਂ ਨੂੰ ਜਿਹੜੇ ਵੀ ਅੱਗੇ ਵਧਣਾ ਚਾਹੁੰਦੇ ਇਹ ਮੈਸੇਜ ਦੇਣਾ ਚਾਹਾਂਗੀ ਕਿ ਆਪਣਾ ਪ੍ਰੋਫਾਈਲ ਇਹਨਾਂ ਵੱਡਾ ਬਣਾਓ ਨਾ ਤੁਹਾਨੂੰ ਕਿਸ ਆਪਣੇ ਨੇ ਆਪ ਨੂੰ ਪ੍ਰੋਮੋਟ ਕਰਨ ਵਾਸਤੇ ਨਾ ਮੈਂ ਕਦੀ ਪੈਸੇ ਦਿੱਤੇ ਆ ਕਿ ਜੀ ਮੇਰਾ ਪ੍ਰੋਫਾਈਲ ਲਾਂਚ ਕਰੋ ਨਾ ਅੱਛਾ ਮੈਂ ਉਹ ਵੀ ਕੰਮ ਨਹੀਂ ਕਦੀ ਕੀਤਾ ਜਿੱਥੇ ਮੈਨੂੰ ਪੈਸੇ ਨਾ ਮਿਲਣ ਵਾਈ ਸ਼ੁੱਡ वी बी डिप्राइव्ड एज़ अ गर्ल मेल मोर डोमिनेटिंग ਉਹਨਾਂ ਨੂੰ ਪੈਸੇ ਜ਼ਿਆਦਾ ਮਿਲਦੇ ਐ ਔਰ ਫੀਮੇਲਸ ਐਨੂੰ ਮਿਲਦੇ ਤਾਂ ਮੈਂ ਉਹ ਐਕਸੈਪਟ ਨਹੀਂ ਕਰਦੀ ਬੇਸ਼ੱਕ ਮੈਂ ਇਹਨਾਂ ਲੰਬਾ ਦੌਰ ਜਾਣ ਦਿੱਤਾ ਪਰ ਮੈਂ ਵੇਟ ਕੀਤੀ ਸਹੀ ਚੀਜ਼ ਦੀ ਸਹੀ ਰਸਤੇ ਤੇ ਜਾਓ ਸ਼ੋਰਟ ਕੱਟ ਇਜ਼ ਆਲਵੇਜ਼ ਯੂ نو ਔਰ ਡਿਮਿਨਿਸ਼ ਹੋ ਜਾਂਦੇ ਇਸ ਕੰਦ ਵਿੱਚ ਇੱਕ ਬੁਰਾਈ ਵੀ ਕਹੀ ਜਾਂਦੀ ਹੈ ਕਈ ਵਾਰੀ ਇਸ ਤਰ੍ਹਾਂ ਦਾ ਕੰਪਰੋਮਾਈਜ਼ ਦੀ ਗੱਲ ਵਰਡ ਆਉਂਦਾ ਹੈ ਐਗਜੈਕਟਲੀ ਤੋਂ ਇਹਦੇ ਤੇ ਐਸੀ ਗੱਲ ਕਰਨਾ ਮੈਂ ਉਹੀ ਦੱਸਣਾ ਚਾਹਾਂਗੀ ਜਿੱਥੇ ਵੀ ਕੰਪਰੋਮਾਈਜ਼ ਵਰਡ ਆਉਂਦਾ ਤੁਹਾਨੂੰ ਪਤਾ ਤੁਹਾਡੀ ਕੀ ਲਾਈਨ ਐ ਉੱਥੇ ਮੈਂ ਡਿਕਲਾਈਨ ਕਰ ਜਾਂਦੀ ਸੀ ਤਦੇ ਤੇ ਮੈਂ ਨਾ ਚਿਰ मंजिल सही है मेरा रास्ता सही होना चाहिए जब मैं गलत रास्ते जावी इट अ शॉर्ट टर्म एंड आई वॉन्ट टू जैसे कहते ना खुद ही को कर बुलंद इतना कि हर तकदीर से पहले खुदा तुझसे पूछे कि बंदे तेरी रजा क्या है जे हिम्मत है शौक है लगन है जो कुछ भी नामुमकिन है ਤਾਰੇ ਸਾਹਮਣੇ ਆਏ ਤੁਸੀਂ ਕਰਕੇ ਦਿਖਾਓ ਅੰਦਰ ਦਾ ਪੈਸ਼ਨ ਜਗਾਣਾ ਚਾਹੀਦਾ ਕਿ ਅੰਦਰ ਦੀ ਸੋਚ ਨੂੰ ਜ਼ਿਆਦਾ ਵੱਡਾ ਕਰਨਾ ਮੈਂ ਸਮਝ ਨਹੀਂਆ ਮੇਰਾ ਇੰਤਜ਼ਾਰ ਸਫਲ ਹੋਇਆ ਪੈਸ਼ਨ ਮੈ ਮਰਨ ਨਹੀਂ ਦਿੱਤਾ ਕਦੀ ਵੀ ਮੇਰੀ ਜਿਹੜੀ ਸੋਚ ਸੀ ਮੇਰੀ ਟੀਚਿੰਗ ਜੌਬ ਦੇ ਨਾਲ-ਨਾਲ ਉਹ ਮੇਰੀ ਰੂਹ ਉੱਥੇ ਹੀ ਜਾਂਦੀ ਰਹੀ ਹੈ ਭਾਵੇਂ ਤੁਸੀਂ ਕਹੋ ਕਿ ਤੁਹਾਡੇ ਪੇਰੈਂਟਸ ਨੂੰ ਐਕਸਪੀਰੀਅੰਸ ਹੈਗਾ ਫਿਲਮ ਇੰਡਸਟਰੀ ਵਿੱਚ ਦੇਖੋ ਜੀ ਉਹ ਉੱਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਚ ਇੱਕ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ ਕਿ ਉਹ ਭਾਰਤ ਰਤਨ ਲੇਟ ਪੰਡਿਤ ਭੀਮਸੰਜੋਸ਼ੀ ਜੀ ਦੇ ਸ਼ਿਸ਼્ય ਰਹੇ ਨੇ ਕਲਾਸਿਕਲ ਗਾਇਕ ਰਹੇ ਨੇ ਔਰ ਫਿਲਮਸ 'ਚ ਉਹਨਾਂ ਨੇ ਗਾਇਨ ਕੀਤਾ ਹੈ ਉਹਨਾਂ ਨੂੰ ਬਹੁਤ ਹੀ ਐਕਸਪੀਰੀਅੰਸ ਹੈਗਾ ਕਿ ਮਾਹੌਲ ਕਿਹੋ ਜਿਹਾ ਹੈ ਉਹਨਾਂ ਨੂੰ ਤੁਸੀਂ ਗੂਗਲ ਕਰ ਸਕਦੇ ਹੋ ਰਮੇਸ਼ ਕਪੂਰ ਨਾਮ ਤੋਂ ਬਾਲੀਵੁੱਡ ਦੀ ਇੱਕ ਮੂਵੀ ਹੈ ਮੈਲਾ ਅੰਜਲ ਜਿਸ 'ਚ ਰਫੀ ਸਾਹਿਬ ਮਕੇਸ਼ ਜੀ ਲਤਾ ਜੀ ਸਾਰਿਆਂ ਦੇ ਗੀਤ ਨੇ ਤੇ ਉਹਨਾਂ ਨੂੰ ਟਾਈਟਲ Song ਮਿਲਿਆ ਬੇਬਸੀ ਕਾ ਮੈਲਾ ਅੰਜਲ ਔਰ ਹੋਰ ਵੀ ਮੂਵੀਜ਼ ਨੇ ਤੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਪਤਾ ਸੀ ਕਿ ਇਹ ਦੁਨੀਆ ਕੁੜੀਆਂ ਉਸਤੇ ਅੱਛੀ ਨਹੀਂ ਤੇ ਮੈਂ ਉਹਨਾਂ ਦੀ ਵੀ ਸਿੱਖ ਨੂੰ ਨਾਲ ਲੈ ਕੇ ਜਾਂਦੇ ਜਾਂਦੇ ਹਾਲਾਂਕਿ ਉਹਨਾਂ ਦੇ ਨਾਂ ਦੇ ਰੈਫਰੈਂਸ ਦੀ ਮਨੋਤ ਸਾਹਿਬ ਨਾਲ ਅੱਜ ਵੀ ਗੱਲ ਹੁੰਦੀ ਹੈ ਖਿਆਮ ਸਾਹਿਬ ਨਹੀਂ ਰਹੇ ਉਹਨਾਂ ਦੇ ਅਹੀ ਕਲੀਗਸ ਨੇ ਰਾਜਕਪੂਰ ਸਾਹਿਬ ਸੀਗੇ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਤੋਂ ਮੈਨੂੰ ਬਹੁਤ ਗਾਈਡ ਕੀਤਾ ਕਿ ਨਹੀਂ ਜਾਣਾ ਨਹੀਂ ਜਾਣਾ ਪਰ ਮੇਰਾ ਜਿਹੜਾ ਰੂਹਾਨੀ ਜਿਹੜੀ ਅੰਦਰ ਦੀ ਕਲਾ ਸੀ ਉਹ ਮੈਂ ਮਾਰਨ ਨਹੀਂ ਦਿੱਤੀ ਮੈਂ ਕੋਸ਼ਿਸ਼ ਕਰਦੀ ਰਹੀ ਕਿ ਮਾਰਨ ਦੀ ਬਜਾਏ ਆਪਣੇ ਰਸਤੇ ਆਪ ਲੱਭੋ ਕਿਸੇ ਦੇ ਰੈਫਰੈਂਸ ਨਾਲ ਨਾ ਲਓ ਤੁਸੀਂ ਆਪਣੀ ਰੈਫਰੈਂਸ ਸਾਫ਼ ਬਣੋ ਬਹੁਤ ਸਾਰੀ ਕੁੜੀਆਂ ਲਾਈਨ 'ਚ ਲੱਗੀਆਂ ਹੋਈਆਂ ਨੇ ਜਿਨ੍ਹਾਂ ਲਈ ਜਿਹੜੀ ਇੰਤਜ਼ਾਰ ਕਰਦੀਆਂ ਹਨ ਬਿਲਕੁਲ ਜਿਹੜੀ ਕਹਿੰਦੇ ਕਿ ਸਾਨੂੰ ਇੱਕ ਵਾਰ ਬ੍ਰੇਕ ਮਿਲ ਬ੍ਰੇਕ ਮਿਲ ਜਾਔਰ ਗਲਤ ਰਸਤੇ ਵੀ ਜਾਂਦਿਆਂ ਨੇ ਉਹਨਾਂ ਨੂੰ ਮੈਨੂੰ ਕਿਆ ਮੈਨੂੰ ਨਹੀਂ ਆਇਆ ਮੇਰੇ ਰਸਤੇ ਇੰਨੇ ਕੰਪਰੋਮਾਈਜ਼ਡ ਸਾਊਥ ਤੋਂ ਆਜੀ देयर आर ਟੂ ਮੇਨੀ ਥਿੰਗਸ ਕਿ ਕੰਪਰੋਮਾਈਜ਼ ਕਰ ਲੋ ਜਾਂ ਪੈਸਾ ਲਓ ਮੈਂ ਇਹਨਾਂ ਚੀਜ਼ਾਂਸ ਤੇ ਬਿਲੀਵ ਨਹੀਂ ਕਰਦੀ ਤੁਹਾਡਾ ਆਰਟ ਹੈ ਆਪੇ ਬੋਲੇਗਾ ਬਹੁਤ ਪਰ ਸਬਰ ਚਾਹੀਦਾ ਹੁੰਦਾ ਨਾ ਹੂੰ ਰੋਂਦਾ ਹੈ ਕਿ ਕਦੋਂ ਟਾਈਮ ਆਏਗਾ ਬਟ ਯੂਨੀਵਰਸ ਇਜ਼ ਡੂਇੰਗ ਵੈਰੀ ਗੁੱਡ ਐਂਡ ਗੁੱਡ ਥਿੰਗਸ ਆਰ ਕਮਿੰਗ ਮਾਈ ਵੇ ਮੈਂ ਕਹਾਂਗੀ ਮੈਂ ਗੋਡ ਦੀ ਬੜੀ ਬਲੇਸਡ ਚਾਈਲਡ ਆ ਥੈਟ गुड टाइम्स आर कमिंग मैं एंड गुड प्रोजेक्ट आर अलाइंट फॉर मी क्योंकि मैं बहुत सबर किया है मैं बहुत अपने आप से बिलीव किया है कि मैं मर दे दब तक बुढ़ी हो सोन तो पहला आखिरी सांस तो पहला भी मैं अपनी कोशिश जारी रखनी है मैं कुछ ना कुछ दुनिया से जरूर करके जावगी हाँ जी सपना मेरा ये है कि मैं अब देखो आई एम आ फुल पैकेज डांसर मॉडल एक्टर ਸਿੰਗਰ ਨਹੀਂ ਬਣ ਸਕੀ ਸਿੰਗਿੰਗ ਵਾਸਤੇ ਰਿਆਜ਼ ਚਾਹੀਦਾ ਹੁੰਦਾ ਜੋ ਨਹੀਂ ਤਿਆਰੀ ਕਰ ਲੋ ਦੇਖੀ ਮੈਂ ਕੀ ਕੀਤਾ ਹੈਗਾ ਮੈਂ ਜੱਜ ਕੀਤਾ ਹੈ ਸਿੰਗਿੰਗ ਚ ਮੈਨੂੰ ਸਿੱਖਿਆ ਹੈ ਮੇਰੀ ਨੌਲੇਜ ਹੈ ਮੈਂ ਜੱਜ ਕਰ ਸਕਨੀ ਆ ਕਿ ਕੌਣ ਕੋਈ ਬੀਟ ਛੱਡ ਰਿਹਾ ਹੈ ਜਾਂ ਕੌਣ ਕੋਈ ਸੁਰ ਗਲਤ ਲਾ ਰਿਹਾ ਪਰ ਉਹਦੇ ਵਾਸਤੇ ਰਿਆਜ਼ ਦੀ ਲੋੜ ਹੈ ਆਪ ਗਾਣ ਦੀ ਮੈਂ ਪਾਪਾ ਸਾਹਮਣੇ ਤੇ ਬਿਲਕੁਲ ਵੀ ਨਹੀਂ ਹਿੰਮਤ ਰੱਖ ਸਕਦੀ ਉਹ ਤਾਂ ਤੁਸੀਂ ਆ ਕਿ ਕਦੀ ਸਿੰਗਰ ਵਾਸਤੇ ਵੀ ਆਪਾਂ ਰਸਤਾ ਫੜ ਲਈ ਇੱਕ ਬਹੁਤ ਆਫਰਸ ਆਉਂਦੀਆਂ ਰਹੀਆਂ ਪਰ ਮੈਂ ਹਿੰਮਤ ਨਹੀਂ ਕੀਤੀ ਕਿਉਂਕਿ ਮੈਂ ਤੁਹਾਡਾ ਡ੍ਰੀਮ ਕੀ ਹੈ ਡ੍ਰੀਮ ਹੈ ਵੀ ਹੈ ਜੀ ਕਿ ਇੱਕ ਤੇ ਮੇਰਾ ਨਾਮ ਐਜ਼ ਐਨ ਐਕਟਰ ਮੈਂ ਦੁਨੀਆ ਤੋਂ ਜਾਣ ਤੋਂ ਪਹਿਲਾਂ ਐਜ਼ ਬਿਗ ਨੇਮ ਐਜ਼ ਅ ਬ੍ਰਾਂਡ ਐਜ਼ ਐਨ ਐਕਟਰ ਐਜ਼ ਅ ਮਾਡਲ ਇੱਕ ਆਰਟਿਸਟ ਦੇ ਤੌਰ ਤੇ ਮੈਂ ਹੋਸਟ ਆਵ ਬੀਨ ਜਗਲਿੰਗ ਐਜ਼ ਅ ਹੋਸਟ ਐਂਡ ਐਜ਼ ਅ ਜੱਜ ਮੈਂ ਇਨੋਗਰਲ ਇਵੈਂਟ ਹੋਸਟ ਕੀਤਾ ਸੀ ਲਾਸਟ ਈਅਰ ਹੋਸਟਸ ਇੰਸਟੀਚਿਊਟ ਟ੍ਰੇਨਿੰਗ ਇੰਸਟੀਚਿਊਟ ਦਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਸਾਰੀਆਂ ਚੀਜ਼ਾਂ ਜੋ ਇੱਕ ਕਲਾਕਾਰ ਚ ਹੁੰਦੀ ਹੈ ਉਹ ਸਾਰੀਆਂ ਚ ਆਪਣੀ ਕਲਾ ਦਰਸਾਉਂਦੇ ਹੋਏ ਦੁਨੀਆ 'ਚ ਆਪਣਾ ਨਾਜ਼ ਜ਼ਰੂਰ ਛੱਡ ਕੇ ਜਾਵਾਂ ਦੁਨੀਆ ਮੇਰੇ ਇੱਕ ਮੈ ਲੇਗੇਸੀ ਬਣਾ ਕੇ ਜਾਵਾਂ ਮੇਰੇ ਤੋਂ ਸਿੱਖਣ ਕੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੁਹਾਡਾ ਵਕਤ ਆਏਗਾ ਤਾਂ ਬਿਲਕੁਲ ਵਕਤ ਆਏਗਾ ਤਾਂ ਇੱਕ ਤੁਹਾਨੂੰ اسی ਮੋਟੀਵੇਸ਼ਨਲ ਸਟੋਰੀ ਦੱਸੀ ਹੈ ਕਿ ਕਿਵੇਂ ਇੱਕ ਲੜਕੀ ਇੱਕ ਟੀਚਰ ਸੀ অর ਟੀਚਿੰਗ ਦਾ ਪ੍ਰੋਫੈਸ਼ਨ ਸੀ ਲੇਕਿਨ ਅੰਦਰ ਇੱਕ ਜਜ਼ਬਾ ਸੀ ਕਿ ਮੈਂ ਇੱਕ ਇਸ ਫਲੋਰ ਤੇ ਜਾਣਾ ਮੰਚ ਤੇ ਜਾਣਾ ਮੈਂ ਐਕਟਰ ਬੰਨਣਾ ਚਾਹੁੰਦੀ ਆ ਤਾਂ ਉਸ ਤੋਂ ਬਾਅਦ ਮੋਲਡਿੰਗ ਤੋਂ ਸ਼ੁਰੂਆਤ ਹੁੰਦੀ ਹੈ ਫਿਰ ਐਕਟਰ ਬੰਦੇ ਨੇ ਤੇ ਫਿਰ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਆਪਣੇ ਆਪ ਨੂੰ ਸੈੱਟ ਕਰਦੇ ਨੇ ਪਰ ਕਹਿੰਦੇ ਨੇ ਕਿ ਅੰਦਰ ਦੇ ਜਿਹੜੇ ਸੋਚ ਹੈ ਅੰਦਰ ਦਾ ਜਿਹੜਾ ਪੈਸ਼ਨ ਹੈ ਪੈਸ਼ਨ ਕਦੀ ਖਤਮ ਨਹੀਂ ਕਰਨਾ ਚਾਹੀਦਾ ਤਾਂ ਉਸ ਪੈਸ਼ਨ ਨੂੰ ਜ਼ਿੰਦਾ ਰੱਖਣ ਦੀ ਇੱਕ ਮਿਸਾਲ ਹੈ ਅਮਰਤ ਸਰਦੀ ਚਾਰੂ ਕਪੂਰ ਉਮੀਦ ਕਰਦੇ ਆ ਕਿ ਹੋਰ ਵੀ ਲੜਕੀਆਂ ਨੂੰ ਇਹ ਸਟੋਰੀ ਜ਼ਰੂਰ ਮੋਟੀਵੇਟ ਕਰੇਗੀ ਤਾਂ ਤੁਸੀਂ ਵੀ ਆਪਣੇ ਸੁਝਾਅ ਪੇਸ਼ ਕਰ ਸਕਦੇ ਹੋ ਔਰ ਅਸੀਂ ਚਾਹਾਂਗੇ ਕਿ ਆਪਣੇ ਲਿਮਿਟਸ ਰੱਖ ਕੇ ਕੋਈ ਵੀ ਕੰਮ ਕਰੋ ਬਟ ਉਹ ਸਾਰਾ ਕੰਮ ਇੱਕ ਲਿਮਿਟਸ ਹੋਣਾ ਚਾਹੀਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਇੱਕ ਸਟਰਗਲ ਕਰਕੇ ਇੱਕ ਨਾਮ ਬਣਾਉਣ ਵਾਲੀ ਇੱਕ ਲੜਕੀ ਦੀ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਦਾ ਨਾਮ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ